ਕੁਝ ਬੰਦੇ ਉਹ ਆਪਣਾ ਇਹਦੇ 'ਚ ਕੁਝ ਹੋਰ ਨੂੰ ਲੂਸੇ ਦਾ ਕਰਨਾ ਚਾਹੁੰਦੇ ਆ ਇਹਦੇ 'ਚ ਕੋਈ ਸਿਆਸਤ ਕੱਢਣਾ ਚਾਹੁੰਦੇ ਆ ਅਸੀਂ ਮੁੜ ਕੇ ਫਿਰ ਪਾਸੇ ਹਟ ਕੇ ਸਿੱਧੂ ਸਾਹਿਬ ਕੀ ਲੱਗਦਾ ਜਿਹੜੀ ਮਾਫੀ ਵਾਲੀ ਗੱਲ ਆਈ ਆ ਇਹ ਕਿਸਾਨ ਸੰਘਰਸ਼ ਦੀ ਹਮੈਤ ਵਿੱਚੋਂ ਨਿਕਲੀ ਆ ਜਾਂ ਵਿਰੋਧ ਵਿੱਚੋਂ ਉਹ ਬੰਦੇ ਮਾਫੀ ਦੀ ਗੱਲ ਕਰ ਰਿਹਾ ਜਿਹੜੇ ਇੱਕ ਨਾਂ ਤੁਰ ਕੇ ਕਦੇ ਰਾਜਿਆਣੇ ਦੇ ਪਿੱਛੇ ਜਾਂ ਕਿਸੇ ਵੀ ਕਿਸਾਨ ਜਿASE ਬੰਦੇ ਦੇ ਪਿੱਛੇ ਲੱਗ ਕੇ ਜਾਂ ਉਹਦਾ ਫਾਲੋਅਰ ਬਣ ਕੇ ਜਾਂ ਉਹਦਾ ਕੇਡਰ ਬਣ ਕੇ ਉੱਥੇ ਦਿੱਲੀ ਤੱਕ ਗਏ ਜਿਹੜੇ ਹੈ ਹੀ ਆਊਟਸਾਈਡਰ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗਾਉਣ ਦਾ ਕੀ ਹੱਕ ਹੈ ਉਹ ਤਾਂ ਆਊਟਸਾਈਡਰ ਹੈ ਕਿਸੇ ਉਹ ਜਥੇਬੰਦੀ 'ਚ ਨਹੀਂ ਕਿਸੇ ਕਿਸੇ ਡਿਸਪਲਿਨ 'ਚ ਨਹੀਂ ਭੱਜੇ ਕਿਸੇ ਮਰਿਆਦਾ 'ਚ ਨਹੀਂ ਪੰਜਾਬੀ ਦਾ ਬੜਾ ਵਧੀਆ ਅਖਾਨ ਹੈ ਕਹਿੰਦੇ ਤੂੰ ਕੌਣ ਮੈਂ ਖਾਮਖਾ ਇਹ ਜਿਹੜੇ ਖਾਮਖਾ ਬੜੇ ਹੋਏ ਨੇ ਬਾਕੀ ਇਹ ਕਿਸਾਨ ਅੰਦਰ ਨਾਲ ਦਿਲੋਂ ਜੁੜੇ ਹੋਏ ਨੇ ਜਾਂ ਫਿਰ ਆਪਣੀ ਕੋਈ ਸਿਆਸਤ ਇਹ ਦੇ ਵਿੱਚ ਕੱਢਣਾ ਚਾਹੁੰਦੇ ਨੇ ਜਾਂ ਇਹਨਾਂ ਦੀ ਆਪਣੀਆਂ ਗਰਜਾਂ ਨੇ ਜਾਂ ਆਪਣੀ ਕੋਈ ਵਿਚਾਰਧਾਰਾ ਨੂੰ ਤੋਸਣਾ ਚਾਹੁੰਦੇ ਆ ਕਿਸਾਨ ਸੰਘਰਸ਼ ਦੇ ਉੱਤੇ ਤੁਸੀਂ ਉਹਨਾਂ ਤੋਂ ਮਾਫੀ ਮੰਗਾ ਰਹੇ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਨਾਲ ਨੁਕਸਾਨ ਕਰ ਰਹੇ ਹੋ ਉਹਨਾਂ ਨੂੰ ਕਮਜ਼ੋਰ ਕਰਦੇ ਹੋ ਫਿਰ ਤੁਸੀਂ ਕਦੇ ਵੀ ਕੋਈ ਗੱਲ ਮੋਦੀ ਵਿਰੁੱਧ ਘੱਟ ਕਹਿੰਦੇ ਹੋ ਜੇ 300 ਬੰਦੇ ਮਰ ਗਏ ਇੰਨੇ ਬੰਦੇ ਮਰਵਾਤੇ ਇਹਨਾਂ ਨੇ ਕੀ ਕਰਤਾ ਤੇ 151 ਦੇ ਨੇੜੇ ਤੇ ਬੰਦੇ ਦੋ ਜਿੱਥੇ 150 ਦੇ ਨੇੜੇ ਤੇ ਫੜੇਗਾ ਨੌਜਾਨ ਫੜੇ ਫੜੇ ਗਏ ਉੱਥੇ ਇਹਨਾਂ ਦਾ ਕੁਝ ਨਹੀਂ ਕੀਤਾ ਇਹਨਾਂ ਨੇ ਕੀਤਾ ਸਾਰਾ ਕੁਝ ਕੀਤਾ ਸ਼ੋਹ ਸਾਰੇ ਛੁੱਟ ਕੇ ਬਾਹਰ ਵੀ ਆ ਗਏ ਆ ਇਹ ਸਾਰਾ ਕੁਝ ਜਿਹੜੀ ਜਦੋਂ ਕਿਤੇ ਕੋਈ ਅੰਦੋਲਨ ਹੁੰਦਾ ਉਹਦਾ ਹਿੱਸਾ ਹੁੰਦਾ ਹੀ ਬੰਦੇ ਫੜੇ ਵੀ ਜਾਂਦੇ ਆ ਤੇ ਛੁੱਟ ਕੇ ਵੀ ਆ ਜਾਂਦੇ ਆ ਬਾਹਰ ਇਹ ਸਾਰਾ ਪ੍ਰੋਸੈਸ ਹੋਇਆ ਤੁਸੀਂ ਸਾਰੀਆਂ ਗਾਲਾਂ ਸਾਰਾ ਜਿਹੜਾ ਵੱਡਾ ਜਿਹੜਾ ਟਕਰੀਡੀਸਮ ਹੈ ਨਖੇਦੀ ਹੈ ਉਹ ਤੁਸੀਂ ਕਿਸਾਨਾਂ ਲੀਡਰਾਂ ਦੀ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਦੱਸੋ ਤੁਸੀਂ ਜੇ ਤੁਹਾਡੇ ਕੋਲ ਜਿਆਦਾ ਸਮਰਥਾ ਹੈ ਜਿਹੜੇ ਆਪਦੇ ਨੂੰ ਨੌਜਵਾਨ ਕਹਿੰਦੇ ਤਾਂ ਆਪਣੇ ਲੈਵਲ ਤੇ ਜਾਓ ਵੱਖਰਾ ਜੱਥੇ ਬਣਾ ਕੇ ਚਲੇ ਜਾਓ ਆਪਣਾ ਪ੍ਰੋਗਰਾਮ ਨਾਮ ਆਲਟਰਨੇਟਿਵ ਪ੍ਰੋਗਰਾਮ ਲੈ ਕੇ ਚਲੇ ਜਾਓ ਵੀ ਇਹ ਕਿਸਾਨਾਂ ਨਾਲੋਂ ਵੱਧ ਅਸੀਂ ਅਸੀਂ ਮਣਾ ਕੇ ਆਵਾਂਗੇ ਸਾਰਾ ਕੁਝ ਪਹਿਲਾਂ ਜਦੋਂ ਸ਼ੰਭੂ ਬਾਰਡਰ ਤੇ ਮੋਰਚਾ ਵਖਰਾ ਲਾਤਾ ਸੀਗਾ ਦੀਪ ਸਿੱਧੂ ਹੋਰਾਂ ਨੇ ਉਹ ਵੀ ਰਾਹ ਅਲੱਗ ਜਿਹੜਾ ਚੁਣਿਆ ਸੀ ਉਹ ਵੀ ਗਲਤ ਸੀ ਨਾ ਫਿਰ ਅੱਜ ਹੁਣ ਆਪਾਂ ਉਹਦਾ ਐਨਾਲਿਸਿਸ ਕਰੀਏ ਹੁਣ ਸੋਚੀਏ ਉਹੀ ਬੰਦੇ ਉਹ ਨੇ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਉਹੀ ਉਹਦੇ ਸਮਰਥਕ ਨੇ ਕਿਤਨਾਕ ਤੇ ਪਹਿਲੀ ਸਕੀਮ ਸੀ ਉਹਨਾਂ ਦੀ ਵੀ ਤਾਰ ਪਿੱਡੋ ਕਰ ਲੋ ਜਾਂ ਆਪਣੀ ਸਿਆਸਤ ਚਮਕਾ ਲੋ ਉਹਦੇ ਪਿੱਛੇ ਬਿਲਕੁਲ ਹੋਰ ਸੀਗਾ ਵੀ ਜਦੋਂ ਕਿਸਾਨ ਜਥੇ ਬੰਦਿਆਂ ਲੈਫਟ ਜਥੇ ਬੰਦਿਆਂ ਖਾਸ ਕਰਕੇ ਜਿਨ੍ਹਾਂ ਦਾ ਜੋਰ ਸੀ ਉਹ ਹੋਰ ਕਿਸੇ ਬੰਦੇ ਨੂੰ ਬੋਲਣ ਨਹੀਂ ਸੀ ਦਿੰਦੀ। ਹੋਰ ਬੰਦੇ ਵੀ ਚਾਹੁੰਦੇ ਸੀ ਵੀ ਕੋਈ ਨਾ ਵੀ ਕੋਈ ਸਟੇਜ ਹੋਵੇ ਜਿੱਦੇ ਤੇ ਉਹ ਵੀ ਮੋਦੀ ਖਿਲਾਫ ਬੋਲ ਸਕਣ ਕੋਈ ਗੱਲ ਕਹਿ ਸਕਣ ਆਪਣੀ। ਕਾਫੀ ਵੱਡਾ ਸਿੱਖਾਂ ਦਾ ਬਹੁਤ ਵੱਡਾ ਅਭਾਰ ਆ ਗਿਆ ਸੀਗਾ। ਉਹ ਵੀ ਚਾਹੁੰਦੇ ਸੀ ਅਸੀਂ ਬੋਲੀਏ ਇਸ ਕਰਕੇ ਉਹਨਾਂ ਨੇ ਉਸ ਮੂਵਮੈਂਟ ਦੀ ਕਿਸਾਨ ਅੰਦੋਲਨ ਦੀ ਸਪੋਰਟ ਵਿੱਚ ਸ਼ੰਭੂ ਮੋਰਚਾ ਲਾਇਆ ਸੀ। ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਕ ਵਿਵਾਦ ਇਹ ਵੀ ਬਣਿਆ ਹੋਇਆ ਕਿ ਨੌਜਵਾਨਾਂ ਦੀ ਅਗਵਾਈ ਕਿਸਾਨ ਆਗੂਆਂ ਨੇ ਸਹੀ ਤਰ੍ਹਾਂ ਨਹੀਂ ਕੀਤੀ ਹਫਤਾ ਪਹਿਲਾਂ ਮਸਤੂਆ ਨੇ ਇੱਕ ਇਕੱਠ ਹੋਇਆ ਉਸ ਇਕੱਠ ਵਿੱਚ ਬੁਲਾਰਾ ਨੇ ਇਹ ਮੰਗ ਕੀਤੀ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਨੌਜਵਾਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਜà 32 ਜਥੇਬੰਦੀ ਨਾਲ ਸੰਬੰਧਿਤ ਜੋ ਸਾਰੇ ਵਰਕਰ ਨੇ ਆਗੂ ਨੇ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਸਹੀ ਤਰੀਕੇ ਨਾਲ ਚੱਲਦਾ ਸੀ ਉਹ ਆਪਣੇ ਆਪ ਚ ਇੱਕ ਅਗਵਾਈ ਸੀ ਉਸ ਅਗਵਾਈ ਜਿਹੜੀ ਸੀ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਸੀ ਸਾਰੀਆਂ ਧਿਰਾਂ ਨੂੰ ਜੇਕਰ ਉਸ ਅਗਵਾਈ ਨੂੰ ਕੋਈ ਨਹੀਂ ਮੰਨਦਾ ਇਹਦਾ ਮਤਲਬ ਉਹ ਕਿਸਾਨ ਸੰਘਰਸ਼ ਦਾ ਵਿਰੋਧੀ ਆ ਉਹ ਮੋਦੀ ਦੇ ਜਾਂ ਬੀਜੇਪੀ ਦੇ ਹੱਥਾਂ 'ਚ ਖੇਡਣ ਵਾਲਾ ਬੰਦਾ ਹੈ ਇੱਕ ਵਿਵਾਦ ਅਜੇ ਵੀ ਜਾਰੀ ਆ ਸੋਸ਼ਲ ਮੀਡੀਆ ਤੇ ਕਾਫੀ ਰੌਲਾ ਰੱਪਾ ਪਿਆ ਹੋਇਆ ਇਸ ਕਸਤੇ ਅਸੀਂ ਗੱਲ ਕਰਾਂਗੇ ਜਸਪਾਲ ਸਿੰਘ ਸਿੱਧੂ ਨਾਲ ਜੋ ਸੀਨੀਅਰ ਪੱਤਰਕਾਰ ਨੇ ਸਿੱਧੂ ਸਾਹਿਬ ਕੀ ਲੱਗਦਾ ਜਿਹੜੀ ਮਾਫੀ ਵਾਲੀ ਗੱਲ ਆਈ ਆ ਇਹ ਕਿਸਾਨ ਸੰਘਰਸ਼ ਦੀ ਹਮੈਤ ਵਿੱਚੋਂ ਨਿਕਲੀ ਆ ਜਾਂ ਵਿਰੋਧ ਵਿੱਚੋਂ ਕਿਹੜੀ ਗੱਲ ਮਾਫੀ ਮਾਫੀ ਰਾਜੇ ਵਾਲ ਮਾਫੀ ਮੰਗੇ ਮਸਤੂਆ ਨੇ ਇਕੱਠ ਹੋਇਆ ਜਿਹੜਾ ਦੇਖੋ ਮਾਫੀ ਵਾਲੀ ਗੱਲ ਤਾਂ ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਉਹ ਬੰਦੇ ਮਾਫੀ ਦੀ ਗੱਲ ਕਰ ਰਿਹਾ ਜਿਹੜੇ ਇੱਕ ਨਾ ਤੁਰ ਕੇ ਕਦੇ ਰਾਜਿਆਣੇ ਦੇ ਪਿੱਛੇ ਜਾਂ ਕਿਸੇ ਵੀ ਕਿਸਾਨ ਜਥੇਬੰਦੀ ਦੇ ਪਿੱਛੇ ਲੱਗ ਕੇ ਜਾਂ ਉਹਦਾ ਫਾਲੋਅਰ ਬਣ ਕੇ ਜਾਂ ਉਹਦਾ ਕੇਡਰ ਬਣ ਕੇ ਉਥੇ ਦਿੱਲੀ ਤੱਕ ਗਏ ਨਹੀਂ ਉਹ ਮਾਫੀ ਦੀ ਗੱਲ ਕਰਦੇ ਆ ਜਿਹੜੇ ਹੈ ਹੀ ਆਊਟਸਾਈਡਰ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗਾਉਣ ਦਾ ਕੀ ਹੱਕ ਹੈ ਉਹ ਤਾਂ ਆਊਟਸਾਈਡਰ ਹੈ ਕਿਸੇ ਜਥੇਬੰਦੀ 'ਚ ਨਹੀਂ ਕਿਸੇ ਕਿਸੇ ਡਿਸਪਲਿਨ 'ਚ ਨਹੀਂ ਭੱਜੇ ਕਿਸੇ ਮਰਿਆਦਾ 'ਚ ਨਹੀਂ ਹੈ ਉਹ ਬਾਹਰ ਹੋ ਗਏ ਐ ਬਾਹਰ ਜਾ ਕੇ ਉਹ ਜੋ ਕੁਝ ਕੀਤਾ ਜਾਂ ਉਹਨਾਂ ਨੂੰ ਠੀਕ ਲੱਗਿਆ ਗਲਤ ਲੱਗਿਆ ਆਪਣੇ ਲੈਵਲ ਤੇ ਗਏ ਆ ਉਹ ਵੇਖੋ ਉੱਥੇ ਜਿਹੜੀਆਂ ਪੱਤੇ ਜਿਹਾ 32 ਜਿਹਾ ਬੰਦੀਆਂ ਬੈਠੀਆਂ ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਡਿਸਪਲਿਨ ਚ ਬੈਠੀਆਂ ਆਪਣਾ ਕੇਡਰ ਹੈ ਉਹਨਾਂ ਨੂੰ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨਾਲ ਜਿਹੜੇ ਹੋਰ ਲੋਕ ਗਏ ਆ ਉਹ ਆਪਣੀ ਮਰਜ਼ੀ ਨਾਲ ਗਏ ਆ ਜਿਹੜੇ ਆਪਣੀ ਮਰਜ਼ੀ ਨਾਲ ਗਏ ਆ ਉਹ ਤੇ ਆਪਣੀ ਮਰਜ਼ੀ ਦਾ ਹੀ ਵਰਤਾਰਾ ਕਰਦੇ ਆ ਉਹਨਾਂ ਨੂੰ ਹੱਕ ਵੀ ਨਹੀਂ ਬਣਦਾ حق ਬਣਦਾ ਜਿਹੜੇ ਜਥੇਬੰਦੀਆਂ ਦੇ ਬੰਦੇ ਆ ਉਹ ਕਹਿੰਦੇ ਮਾਫੀ ਮੰਗੋ ਜੇ ਗਲਤੀ ਕੀਤੀ ਆ ਉਹਦੇ ਲੀਡਰ ਨੂੰ ਲਾਹ ਵੀ ਦੇਣ ਮਾਫੀ ਮੰਗਾਉਣ ਸਾਰਾ ਕੁਝ ਕਰਨ ਲੀਡਰ ਨੂੰ ਪਬਲਿਕਲੀ ਪੰਡਰਣ ਵੀ ਜੋ ਕੁਝ ਮਰਜ਼ੀ ਕਰਨ ਉਹਦੇ ਜਥੇਬੰਦੀਆਂ ਦਾ ਕੇਡਰ ਕਰ ਸਕਦਾ ਜਥੇਬੰਦੀਆਂ ਦੇ ਅਹੁਦੇਦਾਰ ਕਰ ਸਕਦੇ ਆ ਇਹ ਬਾਹਰਲੇ ਬੰਦਿਆਂ ਦਾ ਤਾਂ ਕੋਈ ਅਧਿਕਾਰ ਨਹੀਂ ਹੁੰਦਾ ਸ੍ਰੀ ਸਿਨ੍ਹ ਸਾਹਿਬ ਰਾਜੇ ਵਾਲ ਆਪਣੇ ਆਪ ਚ ਮਤਲਬ ਆਪ ਕਹਿ ਸਕਦੇ ਆ ਫੈਸਲੇ ਨਹੀਂ ਲੈਂਦੇ 32 ਜਥੇਬੰਦੀਆਂ ਜਾਂ ਹੁਣ ਨੌ ਮੈਂਬਰੀ ਜਿਹੜੀ ਕੌਮੀ ਪੱਧਰ ਦੀ ਕਿਸਾਨ ਏਕਤਾ ਜਿਹੜੀ ਮੰਚ ਬਣਿਆ ਉਹ ਫੈਸਲੇ ਕਰਦੇ ਆ ਰਾਜਵਾਲ ਨੂੰ ਜਾਣ ਬੁੱਝ ਕੇ ਟਾਰਗੇਟ ਕਰਨ ਪਿੱਛੇ ਕੀ ਸਕੀਮ ਹੈ ਕੀ ਸਾਜ਼ਿਸ਼ ਹੈ ਸਵਾਲ ਹੈ ਵੀ ਜਿਹੜਾ ਕੋਈ ਇਹਨਾਂ ਨੂੰ ਉੱਪਰ ਦਾ ਬੰਦਾ ਲੱਗਦਾ ਸਭ ਤੋਂ ਵੱਡਾ ਜਿਹੜਾ ਉੱਭਰਿਆ ਹੋਇਆ ਉਹਦਾ ਨਾਮ ਹੈ ਤੇ ਪਰ ਦੇਖੋ ਸਭ ਉਹ ਵੀ ਅਮਰਧਾਰੀ ਹੈ ਵੀ ਤੁਸੀਂ ਇੱਕ ਬੰਦੇ ਨੂੰ ਗਾਲ ਕੱਢਦੇ ਹੋ ਮੋਟੀ ਗਾਲ ਕੱਢ ਕੇ ਸ਼ੁਰੂ ਕਰਦੇ ਹੋ ਉਹਦੇ ਖਤੇ ਉਹਦੀ ਏਜ ਦੇਖੋ 76 77 ਸਾਲ ਦਾ ਬੰਦਾ ਹੈ ਤੁਸੀਂ ਉਸ ਨੂੰ ਇਸ ਲੈਵਲ ਤੇ ਸ਼ੁਰੂ ਕਰਦੇ ਹੋ ਜਿਵੇਂ ਕਿਤੇ ਉਹਨੇ ਬਹੁਤ ਥੋੜਾ ਨੁਕਸਾਨ ਕਰਤਾ ਹੁੰਦਾ ਉਹਨੇ ਤੁਹਾਡਾ ਨੁਕਸਾਨ ਤਾਂ ਕੋਈ ਨਹੀਂ ਕੀਤਾ ਤੁਹਾਨੂੰ ਤੁਸੀਂ ਜੇ ਨੌਜਵਾਨਾਂ ਨੂੰ ਤੁਹਾਨੂੰ ਲੱਗਦਾ ਉਹਨੇ ਸਹੀ ਅਗਵਾਈ ਨਹੀਂ ਦੇ ਰਹੀਆਂ ਬੱਤੀ ਜਿਠੇ ਬੰਦੀਆਂ ਕਿਸਾਨ ਲੀਡਰ ਕਮਜ਼ੋਰ ਹੈ ਤੇ ਉਥੇ ਉਹ ਸਮਰਥਨੀਏ ਸਾਰੇ 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 ਵੱਡੇ ਅੰਦੋਲਨ ਦੇ ਤਾਂ ਉਹ ਉਹਨਾਂ ਦਾ ਕੇਡਰ ਜਾਣੇ ਉਹਨਾਂ ਦੀਆਂ ਪਾਰਟੀਆਂ ਜਾਣਨ ਉਹਨਾਂ ਦੇ ਬੰਦੇ ਜਾਣਨ ਜਿਹੜੇ ਉਹਨਾਂ ਦੇ ਫਾਲੋਅਰ ਹੈ ਉਹ ਛੱਡਦੇ ਨੇ ਉਹਨਾਂ ਨੂੰ ਦੂਜੇ ਬੰਦੇ ਆਪਦਾ ਹੋਰ ਲੀਡਰ ਚੁਣ ਲੈਣਗੇ ਤੁਸੀਂ ਪਾਸੇ ਵਾਲੇ ਬੰਦੇ ਕਿਵੇਂ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਮਾਫੀ ਮੰਗੋ ਤੋ ਤੁਹਾਡਾ ਤਾਂ ਕੋਈ ਅਧਿਕਾਰ ਹੀ ਨਹੀਂ ਬਣਦਾ ਨਾ اخਲਾਕੀ ਨਾ ਨੈਤਿਕ ਉਹਨਾਂ ਤੋਂ ਮਾਫੀ ਮਿਲਾਉਣ ਦਾ ਸਿੱਧੂ ਸਾਹਿਬ ਪੰਜਾਬੀ ਦਾ ਬੜਾ ਵਧੀਆ ਖਾਨ ਹੈ ਕਹਿੰਦੇ ਤੂੰ ਕੌਣ ਮੈਂ ਖਾਮ ਖਾ ਇਹ ਜਿਹੜੇ ਖਾਮ ਖਾ ਬੜੇ ਹੋਏ ਨੇ ਬਾਕੀ ਇਹ ਕਿਸਾਨ ਅੰਦਰ ਨਾਲ ਦਿਲੋਂ ਜੁੜੇ ਹੋਏ ਨੇ ਜਾਂ ਫਿਰ ਆਪਣੀ ਕੋਈ ਸਿਆਸਤ ਦੇ ਵਿੱਚ ਕੱਢਣਾ ਚਾਹੁੰਦੇ ਨੇ ਜਾਂ ਇਹਨਾਂ ਦੀ ਆਪਣੀਆਂ ਗਰਜਾਂ ਨੇ ਜਾਂ ਆਪਣੇ ਕੋਈ ਵਿਚਾਰਧਾਰਾ ਨੂੰ ਠੋਸਣਾ ਚਾਹੁੰਦੇ ਆ ਕਿਸਾਨ ਸੰਘਰਸ਼ ਦੇ ਉੱਤੇ ਦੇਖੋ ਇੱਕ ਗੱਲ ਸਿੱਧੀ ਸਪਸ਼ਟ ਹੈ ਵੀ ਜੇ ਨੂੰ ਲੱਗਦਾ ਕਿਸਾਨ ਲੀਡਰ ਹੈ ਜਿਹੜੇ ਹੁਣ ਲੈ ਗਏ ਉੱਥੇ ਲੋਕਾਂ ਨੂੰ ਤੇ ਬਹੁਤ ਵੱਡਾ ਇਕੱਠ ਹੋ ਗਿਆ ਲੱਖ ਦੇ ਨੇੜੇ ਤੇ ਬੰਦਾ ਬੈਠਾ ਪਾਉਣਾ ਲੱਖ ਬੈਠਾ ਹੋਏਗਾ ਉੱਥੇ ਬੰਦਾ ਉਹ ਕਲੇਮ ਵੀ ਕਰਦੇ ਆ ਸਾਡੇ ਕੋਲੇ 60000 ਬੰਦਾ ਬੈਠਾ ਹੈ ਇੱਥੇ ਤੇ ਕੁਝ ਜਿਹੜੇ ਟਿਕਰੀ ਬਾਰਡਰ ਉੱਤੇ ਅਸੀਂ ਅਸੀਂ ਉਹਨੂੰ ਮਿਲੇ ਸੀਗੇ ਉਗਰਾਹਾਂ ਨੂੰ ਤੇ ਜੋਗਿੰਦਰ ਸਿੰਘ ਰਾਹ ਨੂੰ ਉਹ ਕਹਿੰਦਾ ਸੀ ਮੇਰੇ ਕੋਲੇ 25 26 30000 ਬੰਦਾ ਹੈਗਾ ਪਰਮਾਨੈਂਟਲੀ ਬੈਠਾ ਕਹਿੰਦਾ ਇੰਨੇ ਕੁ ਬੰਦੇ ਦੂਜੇ ਪਾਸੇ ਬੈਠੇ ਆ ਚਲੋ ਉਹ ਉਹਨਾਂ ਦਾ ਕਲੇਮ ਹੈ ਸਵਾਲ ਇਹ ਆ ਵੀ ਕਿਸੇ ਵੇਲੇ ਤਾਂ ਬੰਦੇ 2 ਲੱਖ ਦੇ ਨੇੜੇ ਜਿਹੜੇ ਉੱਥੇ ਪਹੁੰਚ ਗਏ ਸੀ ਕਿਸੇ ਵੇਲੇ 25 ਤਰੀਕ ਤੋਂ 26 26 ਜਨਵਰੀ ਤੋਂ ਪਹਿਲਾਂ ਪਤੀ ਗੱਲ ਇਹ ਵੀ ਆ ਨਾ ਜੀ ਉਹ ਚਾਹੇ 50 ਲੱਖ ਹਜ਼ਾਰ ਬੰਦਾ ਉੱਥੇ ਬੈਠਾ ਚਾਹੇ 1 ਲੱਖ ਬੈਠਾ ਪਰ ਉਹਦੇ ਨਾਲ ਕਿੰਨੇ ਲੱਖਾਂ ਬੰਦੇ ਪੂਰੇ ਇੰਡੀਆ ਦੇ ਹੈਗੇ ਨੇ ਪੂਰਾ ਪੰਜਾਬ ਉਹਨਾਂ ਨਾਲ ਇਹ ਵੀ ਇੱਕ ਵੱਡੀ ਤਾਕਤ ਬਣੀ ਹੋਈ ਜਨਾਂ ਦੇਖੋ ਉਹਨਾਂ ਨਾਲ ਵੀ ਨੌਜਵਾਨ ਬੈਠੇ ਆ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਸਾਫ ਕਲੀਅਰ ਕਰ ਲੈਣਾ ਚਾਹੀਦਾ ਹੈ ਨੌਜਵਾਨ ਕੋਈ ਆਪਣੇ ਵਿੱਚ ਵੱਖਰੀ ਕੈਟਾਗਰੀ ਨਹੀਂ ਹੈ ਜੇ ਕਿਸੇ ਦਾ ਜੇ ਕਿਸੇ ਦਾ ਪਿਓ ਉੱਥੇ ਬੈਠਾ ਉਹਦਾ ਪੁੱਤਰ ਇੱਥੇ ਪੰਜਾਬ 'ਚ ਕੰਮ ਕਰ ਰਿਹਾ ਖੇਤੀ ਦਾ ਕੰਮ ਕਰ ਰਿਹਾ ਜਾਂ ਕਿਸੇ ਦਾ ਪਿਓ ਇੱਥੇ ਤਾਂ ਉਹਦਾ ਪੁੱਤਰ ਉੱਥੇ ਬੈਠਾ ਕਿਸੇ ਦੀ ਮਾਤਾ ਬੈਠੀ ਆ ਕਿਸੇ ਦੀ ਕਿਸੇ ਦੀ ਭੈਣ ਬੈਠੀ ਆ ਕਿਸੇ ਸਾਰੇ ਉਸ ਲੈਵਲ ਦੇ ਲੋਕ ਬੈਠੇ ਆ ਇਹ ਕਿਹੜੇ ਹੋਗੀ ਕਿਹੜੀ ਕਿਹੜੀ ਕੈਟਾਗਰੀ ਹੋਗੀ ਨੌਜਵਾਨਾਂ ਦਾ ਧਿਆਨ ਨਹੀਂ ਰੱਖਿਆ ਵੀ ਤੁਸੀਂ ਨੌਜਵਾਨਾਂ ਦਾ ਧਿਆਨ ਤਾਂ ਉਹ ਕਹਿਣ ਜਿਹੜੇ ਉਹਨਾਂ ਨਾਲ ਜਥੇਬੰਦਿਆਂ ਨਾਲ ਜੁੜੇ ਹੋਏ ਨੌਜਵਾਨ ਹੈ। ਇਹ ਤੁਸੀਂ ਤਾਂ ਪਾਸੇ ਤੋਂ ਕੋਈ ਆਪਦੀ ਮਰਜ਼ੀ ਨਾਲ ਨਾ ਜਾਓ ਉੱਥੇ। ਤੁਹਾਨੂੰ ਕੋਈ ਨੇ ਸੱਦਿਆ ਨਹੀਂ, ਕਾਲ ਨਹੀਂ ਦਿੱਤੀ। ਤੁਹਾਨੂੰ ਇਹ ਮਹਿਸੂਸ ਹੋਇਆ ਵੀ ਇਹ ਇਸ ਜਿਹੜਾ ਇਹ اخلاقی ਲੈਵਲ ਤੇ ਜਾਂ ਤੁਹਾਨੂੰ ਅੰਦਰੋਂ ਮਹਿਸੂਸ ਹੋਇਆ ਵੀ ਸਾਨੂੰ ਵੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਬਾਹਰ ਬੈਠੇ ਡਾਇਸਪੋਰਾ ਸਿੱਖਾਂ ਨੂੰ ਵੀ ਹੋਇਆ, ਨੌਨ ਸਿੱਖਾਂ ਨੂੰ ਵੀ ਹੋਇਆ ਬਾਹਰਲੇ ਦੇਸ਼ਾਂ ਦੇ ਵਿੱਚ। ਇਹ ਸਾਰਾ ਜਿਹੜਾ ਇਸ ਕਿਸਮ ਦਾ ਅੰਦਰੋਂ ਮਹਿਸੂਸ ਹੋਇਆ ਕਿ ਨਾ ਉਹ ਅਗਲੇ ਨੇ ਕੀਤਾ ਤੁਸੀਂ ਆਪਣੇ ਲੈਵਲ ਤੇ ਗਏ ਹੋ ਜੇ ਤੁਹਾਨੂੰ ਲੱਗਦਾ ਵੀ ਅਸੀਂ ਗਏ ਆ ਉੱਥੇ ਦੇਖਿਆ ਲੀਡਰਸ਼ਿਪ ਤਾਂ ਬੜੀ ਮਾੜੀ ਹੈ ਤੇ ਵਾਪਸ ਆ ਜਾਓ ਤੁਸੀਂ ਉਹਨਾਂ ਤੋਂ ਮਾਫੀ ਮੰਗਾ ਰਹੇ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਨਾਲ ਨੁਕਸਾਨ ਕਰ ਰਹੇ ਹੋ ਉਹਨਾਂ ਨੂੰ ਕਮਜ਼ੋਰ ਕਰਦੇ ਹੋ ਫਿਰ ਤੁਸੀਂ ਕਦੇ ਵੀ ਕੋਈ ਗੱਲ ਮੋਦੀ ਵਿਰੁੱਧ ਘੱਟ ਕਹਿੰਦੇ ਹੋ ਜੇ 300 ਬੰਦੇ ਮਰ ਗਏ ਇੰਨੇ ਬੰਦੇ ਮਰਵਾਤੇ ਇਹਨਾਂ ਨੇ ਕੀ ਕਰਤਾ ਤੇ ਡੇਟ 152 ਦੇ ਨੇੜੇ ਤੇ ਬੰਦੇ 150 ਦੇ ਨੇੜੇ ਫੜੇ ਗਏ 9 ਜਨ ਫੜੇ ਫੜੇ ਗਏ ਉੱਥੇ ਇਹਨਾਂ ਦਾ ਕੁਝ ਨਹੀਂ ਕੀਤਾ ਇਹਨਾਂ ਨੇ ਜੀ ਕੀਤਾ ਸਾਰਾ ਕੁਝ ਕੀਤਾ ਹੁਣ ਸਾਰੇ ਛੁੱਟ ਕੇ ਬਾਹਰ ਵੀ ਆ ਗਏ ਆ ਇਹ ਸਾਰਾ ਕੁਝ ਜਿਹੜੀ ਜਦੋਂ ਕਿਤੇ ਕੋਈ ਅੰਦੋਲਨ ਹੁੰਦਾ ਉਹਦਾ ਹਿੱਸਾ ਹੁੰਦਾ ਹੀ ਬੰਦੇ ਫੜੇ ਵੀ ਜਾਂਦੇ ਆ ਤੇ ਛੁੱਟ ਕੇ ਵੀ ਆ ਜਾਂਦੇ ਆ ਬਾਹਰ ਇਹ ਸਾਰਾ ਪ੍ਰੋਸੈਸ ਹੋਇਆ ਤੁਸੀਂ ਸਾਰੀਆਂ ਗਾਲਾਂ ਸਾਰਾ ਜਿਹੜਾ ਵੱਡਾ ਜਿਹੜਾ ਕ੍ਰਿਟਿਸਿਜ਼ਮ ਹੈ ਨਖੇਦੀ ਹੈ ਉਹ ਤੁਸੀਂ ਕਿਸਾਨਾਂ ਲੀਡਰਾਂ ਦੀ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਦੱਸੋ ਤੁਸੀਂ ਜੇ ਤੁਹਾਡੇ ਕੋਲ ਜਿਆਦਾ ਸਮਰੱਥਾ ਹੈ ਜਿਹੜੇ ਆਪਦੇ ਨੂੰ ਨੌਜਵਾਨ ਕਹਿੰਦਾ ਤਾਂ ਆਪਣੇ ਲੈਵਲ ਤੇ ਜਾਓ ਵੱਖਰਾ ਜਥੇ ਬਣਾ ਕੇ ਚਲੇ ਜਾਓ ਆਪਣਾ ਪ੍ਰੋਗਰਾਮ ਜਾਂ ਆਲਟਰਨੇਟਿਵ ਪ੍ਰੋਗਰਾਮ ਲੈ ਕੇ ਚਲੇ ਜਾਓ ਵੀ ਇਹ ਕਿਸਾਨਾਂ ਨਾਲੋਂ ਵੱਧ ਅਸੀਂ ਅਸੀਂ ਬਣਾ ਕੇ ਆਵਾਂਗੇ ਸਾਰਾ ਕੁਝ ਸਰਦੂ ਸਾਹਿਬ ਪਹਿਲਾਂ ਜਦੋਂ ਸ਼ੰਭੂ ਬਾਰਡਰ ਤੇ ਮੋਰਚਾ ਵੱਖਰਾ ਲਾਤਾ ਸੀਗਾ ਦੀਪ ਸਿੱਧੂ ਹੋਰਾਂ ਨੇ ਉਹ ਵੀ ਰਾਹ ਲੱਗ ਜਿਹੜਾ ਚੁਣਿਆ ਸੀ ਉਹ ਵੀ ਗਲਤ ਸੀ ਨਾ ਫਿਰ ਜੇ ਹੁਣ ਆਪਾਂ ਉਹਦਾ ਅਨਲਿਸਿਸ ਕਰੀਏ ਹੁਣ ਸੋਚੀਏ ਉਹੀ ਬੰਦੇ ਉਹ ਨੇ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਉਹੀ ਉਹਦੇ ਸਮਰਥਕ ਨੇ ਕਿਤਨਾ ਕਿਤੇ ਪਹਿਲੀ ਸਕੀਮ ਸੀ ਉਹਨਾਂ ਦੀ ਬਿਤਾਰ ਪਿੱਡੋ ਕਰ ਲੋ ਜਾਂ ਆਪਣੀ ਸਿਆਸਤ ਚਮਕਾ ਲੋ ਬਿਲਕੁਲ ਨਹੀਂ ਸੀ ਕਿਸੇ ਲੈਵਲ ਦੀ ਜਿਹੜਾ ਸ਼ੰਭੂ ਮੋਰਚਾ ਉਹਦੇ ਸ਼ੁਰੂ ਦੇ ਵਿੱਚ ਸਾਡੀ ਹਮਦਰਦੀ ਵੀ ਸ਼ੰਭੂ ਮੋਰਚੇ ਨਾਲ ਰਹੀ ਸੀ ਉਹਦਾ ਜਦੋਂ ਲੱਗਿਆ ਸੀ ਇਹ ਮੋਰਚਾ ਜਦੋਂ ਜਦੋਂ ਇਸ ਕਰਕੇ ਸਤੰਬਰ ਦੇ ਮਹੀਨੇ 'ਚ ਹੀ ਲੱਗਿਆ ਸੀਗਾ ਅਕਤੂਬਰ ਦੇ ਮਹੀਨੇ 'ਚ ਲੱਗਿਆ ਸਾਰਾ ਉਦੇ ਪਿੱਛੇ ਬਿਲਕੁਲ ਹੋਰ ਸੀਗਾ ਵੀ ਜਦੋਂ ਕਿਸਾਨ ਜਥੇਬੰਦੀਆਂ ਲੈਫਟ ਜਥੇਬੰਦੀਆਂ ਖਾਸ ਕਰਕੇ ਜਿਨ੍ਹਾਂ ਦਾ ਜੋਰ ਸੀ ਉਹ ਹੋਰ ਕਿਸੇ ਬੰਦੇ ਨੂੰ ਬੋਲਣ ਨਹੀਂ ਸੀ ਦਿੰਦੀਆਂ ਹੋਰ ਬੰਦੇ ਵੀ ਚਾਹੁੰਦੇ ਸੀ ਵੀ ਉਹਨਾਂ ਨੂੰ ਵੀ ਕੋਈ ਸਟੇਜ ਹੋਵੇ ਜਿੱਦੇ ਤੇ ਉਹ ਵੀ ਮੋਦੀ ਖਿਲਾਫ ਬੋਲ ਸਕਣ ਕੋਈ ਗੱਲ ਕਹਿ ਸਕਣ ਆਪਣੀ ਕਾਫੀ ਵੱਡਾ ਸਿੱਖਾਂ ਦਾ ਬਹੁਤ ਵੱਡਾ ਅਭਾਰ ਆ ਗਿਆ ਸੀਗਾ ਉਹ ਵੀ ਚਾਹੁੰਦੇ ਸੀ ਅਸੀਂ ਬੋਲੀਏ ਇਸ ਕਰਕੇ ਉਹਨਾਂ ਨੇ ਉਸ ਮੂਮੈਂਟ ਦੀ ਕਿਸਾਨ ਅੰਦੋਲਨ ਦੀ ਸਪੋਰਟ ਵਿੱਚ ਸ਼ੰਭੂ ਮੋਰਚਾ ਲਾਇਆ ਸੀ ਸਪੋਰਟ ਦੀ ਬਜਾਏ ਕੀ ਹੋਇਆ ਵੀ ਪਤਾ ਲੱਗ ਗਿਆ ਜਿਵੇਂ ਅਸੀਂ ਵੀ ਮੈਂ ਦੋ ਵਾਰੀ ਉੱਥੇ ਬੋਲ ਕੇ ਆਇਆ ਥੋੜੇ ਚਿਰ ਚੇ ਸਾਨੂੰ ਪਤਾ ਲੱਗ ਗਿਆ ਵੀ ਇਹਦਾ ਮਕਸਦ ਸ਼ੰਭੂ ਮੋਰਚੇ ਦੇ ਜਿਹੜੇ ਆਰਗੇਨਾਈਜ਼ਰ ਕੁਝ ਬੰਦੇ ਉਹਨਾਂ ਚੋਂ ਸਾਰੇ ਨਹੀਂ ਕੁਝ ਬੰਦੇ ਉਹ ਆਪਣਾ ਇਹਦੇ ਚ ਕੁਝ ਹੋਰ ਉਲੂ ਸਿੱਧਾ ਕਰਨਾ ਚਾਹੁੰਦੇ ਆ ਇਹਦੇ ਚ ਕੋਈ ਸਿਆਸਤ ਗੱਡਣਾ ਚਾਹੁੰਦੇ ਆ ਅਸੀਂ ਮੁੜ ਕੇ ਫਿਰ ਪਾਸੇ ਹਟ ਗਏ ਸਿਆਸਤ ਵਿੱਚ ਅਮਲ ਵਿੱਚ ਜਿਹੜਾ ਜਦੋਂ ਵੀ ਅੰਦੋਲਨ ਚੱਲਦਾ ਹੁੰਦਾ ਤੁਹਾਨੂੰ ਜਦੋਂ ਅਮਲ ਚੋਂ ਪਤਾ ਲੱਗ ਜਾਵੇ ਵੀ ਕੋਈ ਗੜਬੜ ਕਰ ਰਿਹਾ ਹੈ ਇਹਦੇ ਵਿੱਚ ਇਹਦਾ ਮਕਸਦ ਹੋਰ ਹੈ ਜਿਹੜਾ ਵੱਡਾ ਕਿਸਾਨੀ ਦਾ ਜਾਂ ਪੰਜਾਬ ਦੇ ਜਾਂ ਸਿੱਖਾਂ ਦਾ ਜਾਂ ਕੋਈ ਹੋਰ ਪੰਜਾਬ ਦੇ ਮਸਲੇ ਦਾ ਹੱਲ ਕਰਨ ਦੀ ਬਜਾਏ ਆਪਣੀ ਪੋਲਿਟਿਕਸ ਕਰਦਾ ਤੁਸੀਂ ਪਾਸੇ हट ਜੰਨੇ ਆ ਅਸੀਂ ਹਟ ਗਏ ਉਹ ਤੋਂ ਪਾਸੇ ਤੇ ਉਹ ਵੀ ਨਹੀਂ ਅਸੀਂ ਵੀ ਨਹੀਂ ਹਟੇ ਇਹ ਇਹ ਕਾਫੀ ਬੰਦੇ ਬਹੁਤ ਬੰਦੇ ਹੋਰ ਵੀ ਹਟ ਗਏ ਆ ਜਿਹੜੇ ਹੁਣ 25 ਤਰੀਕ ਨੂੰ ਲੈ ਕੇ ਜਾ ਰਹੇ ਹੈਗੇ ਸਾਰਾ ਨੌਜਵਾਨਾਂ ਦਾ ਇੱਕ ਜੁਟਤਾ ਵਾਲਾ ਅ ਮਾਰਚ ਲੈ ਕੇ ਜਾ ਰਿਹਾ ਹਾਂ ਦਿੱਲੀ ਦੇ ਰੁਨੀਤ ਦੇ ਦਾਦਾ ਜੀ ਜਿਹੜੇ ਦਾਦਾ ਦਾਦਾ ਨਾਲ ਜਾ ਰਿਹਾ ਉਹ ਪਹਿਲਾਂ ਸ਼ੰਭੂ ਮੋਰਚੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਪਤਾ ਲੱਗਾ ਵੀ ਇਹ ਗੱਲ ਠੀਕ ਨਹੀਂ ਇਸ ਪਾਸੇ ਉਹ ਵੱਡੇ ਜਿਹੜੇ ਉਹਨਾਂ ਨੇ ਸਹਿਯੋਗੀ ਜਥਾ ਵੀ ਬਣਾ ਲਿਆ ਅੰਦੋਲਨ ਦਾ ਸਹਿਯੋਗੀ ਜਥਾ ਵੀ ਕਿਸਾਨ ਅੰਦੋਲਨ ਦਾ ਸਹਿਯੋਗੀ ਜਥਾ ਹੀ ਬਣਾ ਲਿਆ ਨਾਲ ਉਹ ਹੁਣ ਬਹੁਤ ਵੱਡੇ ਲੈਵਲ ਤੇ ਉਹ ਮੋਰਚਾ ਆਪਣਾ ਇਹ ਵੀ ਲੈ ਕੇ ਜਾ ਰਹੇ ਆ ਜਿਹੜਾ ਮਾਰਚ ਲੈ ਕੇ ਜਾ ਰਹੇ ਆ ਇੱਕ ਕਿਸੇ ਵੀ ਅੰਦੋਲਨ ਦੀ ਕਿਸੇ ਵੀ ਮੂਵਮੈਂਟ ਦੀ ਇੱਕ ਸਹੀ ਪਰਚੋਲ ਇੱਕ ਵੱਖਰੀ ਤਾਕਤ ਬਣਦੀ ਹੈ ਜਿਹੜਾ 26 ਜਨਵਰੀ ਨੂੰ ਜੋ ਘਟਨਾ ਕਰਮ ਹੋਇਆ ਜਾਣ ਬੁੱਝ ਕੇ ਨੌਜਵਾਨਾਂ ਨੂੰ ਉਧਰ ਨੂੰ ਲਜਾਇਆ ਗਿਆ ਉਹ ਵੀ ਤਾਰਪੀਡੋ ਕਰਦੀ ਕੋਸ਼ਿਸ਼ ਸੀ ਜੇ ਆਪਾਂ ਇਹਦੀ ਪਰਚੋਲ ਕਰ ਲਈ ਤਾਂ ਦੇਖੋ ਇਹ ਹੁਣ ਪੂਰਾ ਐਸਟੈਬਲਿਸ਼ ਹੋ ਚੁੱਕਾ ਫੈਕਟ ਹੈ ਵੀ ਕਾਂਗਰਸ ਨੇ ਮੋਦੀ ਸਰਕਾਰ ਨੇ ਬੀਜੇਪੀ ਨੇ ਟਰੈਪ ਲਾਇਆ ਸੀ ਜਾਲ ਲਾਇਆ ਸੀ ਪੁਲਿਸ ਨੇ ਜਾਣ ਬੁੱਝ ਕੇ ਲੋਕਾਂ ਨੂੰ ਵਗਰ ਲਾ ਕੇ ਜਾਂ ਗਲਤ ਤਰੀਕੇ ਨਾਲ ਇਸ਼ਾਰੇ ਕਰਕੇ ਉਧਰ ਲੈ ਗਏ ਸੀਗੇ ਲਾਲ ਕਿਲੇ ਤੇ ਲੈ ਗਏ ਸੀ ਇਹ ਸਾਰਾ ਵੱਡਾ ਟਰੈਪ ਲਾਇਆ ਸੀ ਜਿਸ ਦਿਨ ਲਾਲ ਕਿਲੇ ਦੀ ਘਟਨਾ ਹੋਈ ਆਮ ਸਿੱਖ ਇੰਨਾ ਡਰ ਗਿਆ ਸੀਗਾ ਵੀ ਗਾਜੀਪੁਰ ਬਾਰਡਰ ਤਾਂ ਖਾਲੀ ਹੋ ਗਿਆ ਸੀ ਤੇ ਸਿੱਕੇ ਤੇ ਦਿੱਲੀ ਦੇ ਵਿੱਚੋਂ ਸਾਡੇ ਜਿਹੜੇ ਪੁਰਾਣੇ ਕਿਤੇ ਜਾਨਪਛਾਣ ਵਾਲੇ ਲੋਕ ਸੀ ਉਹਨਾਂ ਨੇ ਸਾਨੂੰ ਇੱਥੇ ਪੰਜਾਬ 'ਚ ਫੋਨ ਕਰਨੇ ਸ਼ੁਰੂ ਕਰਤੇ ਸੀ ਵੀ ਹੁਣ ਕੀ ਕਰੀਏ ਇਹ ਤਾਂ ਹੋ ਸਕਦਾ ਸਾਡੇ ਤੇ ਦੁਬਾਰਾ ਫੇਰ ਨਵੰਬਰ 84 ਵਰਤੌਣੀ ਸ਼ੁਰੂ ਹੋ ਜੇ ਉਹੋ ਜਿਹਾ ਡਰ ਹੋ ਗਿਆ ਸੀ ਤੇ ਮੋਰਚਾ ਦੀਆਂ ਜੜਾਂ ਹਿੱਲ ਗਈਆਂ ਸੀ ਪੈਰ ਉਖੜ ਗਏ ਸੀਗੇ ਸਾਰੇ ਇਹ ਤਾਂ ਮੁੜ ਕੇ ਸਥਾਪਿਤ ਹੋ ਗਿਆ ਸੈਟਲ ਹੋ ਗਿਆ ਚਲੋ ਵੱਖਰੀ ਗੱਲ ਹੈ ਤੇ ਇਸ ਕਰਕੇ ਫਿਰ ਇਹ ਇਹਦੇ ਉੱਤੇ ਗੱਲ ਨਹੀਂ ਕਰਦੇ ਵੀ ਜਿਹੜੇ ਉੱਥੇ ਗਏ ਆ ਮਾਫੀ ਉਹ ਮੰਗਣ ਜਿਨ੍ਹਾਂ ਨੇ ਕੀਤਾ ਜਾਂ ਘੱਟੋ ਘੱਟ ਇਸ ਗੱਲ ਦਾ ਅਹਿਸਾਸ ਕਰਨ ਵੀ ਗਲਤੀ ਹੋ ਗਈ ਸੀ ਉੱਥੇ ਜਾਣ ਦੀ। ਟ੍ਰੈਵਲ ਫਸਣਾ ਵੀ ਇੱਕ ਵੱਡੀ ਗਲਤੀ ਸੀ ਇੱਕ ਪਾਪ ਕਹਿ ਸਕਦੇ ਆਪਾਂ। ਬਿਲਕੁਲ ਟ੍ਰੈਵਲ 'ਚ ਫਸਣਾ ਗਲਤੀ ਸੀ ਇਹਦਾ ਅਹਿਸਾਸ ਕਰਦੀ بجائے ਕਈਆਂ ਦਾ ਲੀਡਰਾਂ ਨੇ ਜੀ ਵੱਡੀ ਕਾਲ ਦੇਤੀ ਅਸੀਂ ਉੱਥੇ ਪਹੁੰਚ ਗਏ ਵੀ ਤੁਹਾਨੂੰ ਕਾਲ ਤਣ ਦਿੱਤੀ ਆਪਦੇ ਕੇਡਰ ਨੂੰ ਦਿੱਤੀ ਆਪਦੇ ਵਰਕਰਾਂ ਨੂੰ ਦਿੱਤੀ ਆ ਤੁਸੀਂ ਤਾਂ ਉਸ ਯੂਨਿਟਾਂ ਦੇ ਮੈਂਬਰ ਵੀ ਨਹੀਂ ਗੇ ਆਪਦੇ ਮੈਂਬਰਾਂ ਨੂੰ ਦਿੱਤੀ ਆ। ਜਾਂ ਤੁਹਾਨੂੰ ਆ ਕੇ ਘਰੇ ਲੈ ਕੇ ਵੀ ਨਹੀਂ ਤੁਸੀਂ ਤਾਂ ਕਿਸੇ ਕਿਸਾਨ ਯੂਨੀਅਨ ਨਾਲ ਨਹੀਂ ਜੁੜੇ ਹੋਏ ਇਹ ਬੰਦੇ ਤੋਂ ਨੂੰ ਆਗੇ ਕੋ ਲੈ ਕੇ ਨਹੀਂ ਗਿਆ ਕਿਸਾਨ ਜੁੰਨੇ ਦਾ ਕੋਈ ਛੋਟਾ ਲੀਡਰ ਵੀ ਆ ਕੇ ਲੈ ਕੇ ਗਿਆ ਆਪਣੇ ਲੈਵਲ ਤੇ ਗਏ ਹੋ ਜੱਗ ਵਿੱਚ ਤੁਸੀਂ ਆਪਣੇ ਲੈਵਲ ਤੇ ਹਿੱਸਾ ਪਾਇਆ ਸੀ ਇਹਨੂੰ ਐਪਰੀਸ਼ੀਏਟ ਕਰਦੇ ਆ ਇਹ ਜਿਹੜੀ ਤੁਸੀਂ ਜਿਹੜੀ ਤੁਸੀਂ ਪੋਸਟ ਪਾਈ ਆ سوشل ਮੀਡੀਆ ਦੇ ਉੱਤੇ ਮਾਫੀ ਮੰਗਣ ਵਾਲੇ ਈਸ਼ੂ ਨੂੰ ਲੈ ਕੇ ਉਹਦੇ ਮੇਨ ਥੀਮ ਕੀ ਹੈ ਮੇਨ ਜੋ ਆਪਾਂ ਕਹਦੇ ਆ 2 ਦਾ ਪੁਆਇੰਟ ਉਹ ਚ ਕੀ ਗੱਲਾਂ ਕੀਤੀਆਂ ਤੁਸੀਂ ਵੇਖੋ ਮੇਰਾ ਇਹ ਸੀ ਮਾਫੀ ਮੰਗਣ ਵਾਲੀ ਕੋਈ ਗੱਲਬਾਤ ਨਹੀਂ ਕਿਸੇ ਦੀ ਮਾਫੀ ਥੋ-ਥੋ ਕਿਉਂ ਮੰਗਣ ਤੁਸੀਂ ਕੌਣ ਹੋਣਿਆ ਕੋਈ ਵੀ ਰਾਜੇ ਵਾਲੇ ਦੇ ਯੂਨਿਟ ਕੋਈ ਛੋਟਾ ਮੋਟਾ ਕੁਝ ਵੀ ਹੈ ਉਹਦਾ ਬੰਦਾ ਉਸ ਉਹ ਜਵਾਬ ਦੇ ਆਪਦੇ ਪ੍ਰਤੀ ਮਾਫੀ ਮੰਗੇ ਜਾਂ ਉਹਨੂੰ ਲੀਡਰਸ਼ਿਪ ਤੋ ਲਾ ਦੇਣ ਬੰਦੇ ਹੁਣ ਦਰਸ਼ਨਪਾਲ ਨੂੰ ਦਰਸ਼ਨਪਾਲ ਦੇ ਜਿਹੜੇ ਪਾਰਟੀ ਦੇ ਉਹਦੇ ਜਥੇਬੰਦੀ ਦੇ ਬੰਦੇ ਉਹ ਲਾ ਦੇਣ ਉਸਨੂੰ ਦਰਸ਼ਨਪਾਲ ਵੀ ਲੈ ਸਕਦਾ ਕੱਲ ਨੂੰ ਲੈ ਸਕਦਾ ਤੇ ਇਹੀ ਉਗਰਾਹ ਨਾਲ ਹੋ ਸਕਦਾ ਵੀ ਜੇ ਉਹਨੂੰ ਥੱਲੇ ਵਾਲੇ ਬੰਦੇ ਕਹਿਣ ਵੀ ਇਹਦੀ ਲੀਡਰਸ਼ਿਪ ਠੀਕ ਨਹੀਂ ਲਾ ਦੇਣਗੇ ਮਾਫੀ ਵੀ ਮੰਗਾ ਦੇਣਗੇ ਉਹ ਉਹਨਾਂ ਦਾ ਪ੍ਰੋਸੈਸ ਹੈ ਅਸੀਂ ਬਾਹਰਲੇ ਬੰਦਿਆਂ ਨੂੰ ਕਹਿਣ ਦਾ ਕਿ ਹੱਕ ਵਿੱਚ ਮਾਫੀ ਮੰਗੀ ਜਾਵੇ ਤੇ ਜਿਹੜਾ ਮਲਵਿੰਦਰ ਸਿੰਘ ਮਾਲੀ ਕਾਫੀ ਲੰਮੇ ਸਮੇਂ ਤੋਂ ਲੱਗਿਆ ਹੋਇਆ ਸੀ ਕਿ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਕੀਮਾਂ ਨੇ ਕੋਸ਼ਿਸ਼ਾਂ ਨੇ ਉਹ ਸਹੀ ਨਹੀਂ ਉਹ ਤੁਸੀਂ ਇੱਕ ਤਰ੍ਹਾਂ ਨਾਲ ਮਾਲੀ ਦੀ ਪੂਰੀ ਸਪੋਰਟ ਕਰਤੀ ਮਾਲੀ ਵੀ ਹੁਣ ਖੁਸ਼ ਆ ਕਿ ਹਾਂ ਮੇਰੀ ਸਪੋਰਟ ਤੇ ਕੁਝ ਬੰਦੇ ਆਏ ਨੇ ਕੁਝ ਵਿਦਵਾਨ ਆਏ ਨੇ ਇੱਕ ਐਸਕੇ ਸੰਧੀ ਹੁਣ ਵਿਚਾਰਧਾਰਾ ਪੈਦਾ ਹੋ ਰਹੀ ਆ ਕਿ ਕਿਸਾਨੀ ਅੰਦੋਲਨ ਨਾਲ ਡਟ ਕੇ ਖੜਿਆ ਜਾਵੇ ਬਖਰੇਵੇਂ ਨਾ ਪੈਦਾ ਕੀਤੇ ਜਾਣ ਇਹ ਬਖਰੇਵੇਂ ਵਾਲਾ ਦੇ ਤੁਸੀਂ ਕਿੰਨੇ ਕ ਖਲਾਫ ਹੋ ਵੇਖੋ ਮੈਂ ਮਾਲੀ ਦਾ ਆਪਣੇ ਲੈਵਲ ਤੇ ਲੱਗਾ ਹੋਇਆ ਉਹਨੇ ਕਈ ਬਹੁਤ ਸਟੈਂਡ ਵੀ ਤਕੜੇ ਲਏ ਆ ਉਹ ਠੀਕ ਆ ਉਹਦੇ ਸਟੈਂਡ ਉਹਦੇ ਬਹੁਤ ਠੀਕ ਸਟੈਂਡ ਲਏ ਆ ਉਹਨੇ ਉਹਦਾ ਆਪਣੇ ਲੈਵਲ ਦਾ ਵੱਖਰਾ ਹੈ ਸਾਰਾ ਕੁਝ ਮੈਂ ਕੋਈ ਜਿਹੜਾ ਕੁਝ ਮੈਂ ਕਹਿਣਾ ਚਾਹੁੰਦਾ ਉਹ ਮਾਲੀ ਆਪਣੇ ਲੈਵਲ ਤੇ ਮੈਨੂੰ ਪੁੱਛ ਕੇ ਨਹੀਂ ਕਹਿੰਦਾ ਤੇ ਮੈਂ ਮਾਲੀ ਨੂੰ ਪੁੱਛ ਕੇ ਨਹੀਂ ਕਹਿ ਰਿਹਾ ਇਸ ਕਰਕੇ ਸਾਡੇ ਸਟੈਂਡ ਆਪਣੇ ਆਪਣੇ ਜੇ ਬਾਕੀ ਜੇ ਸਾਡੀ ਆਪਸ ਵਿੱਚ ਦੀ ਗੱਲ ਮਿਲ ਜੇ ਤਾਂ ਉਹ ਚੰਗੀ ਗੱਲ ਹੈ ਹੋਰ ਬੰਦੇ ਵੀ ਸਾਡੇ ਨਾਲ ਸਾਡੇ ਮੁਤਾਬਕ ਹੋਰ ਬੰਦੇ ਵੀ ਸੋਚਦੇ ਆ ਇਸ ਕਰਕੇ ਪਰ ਸਵਾਲ ਇੱਥੇ ਹੁੰਦਾ ਤੁਸੀਂ ਦੋ ਵਰਤਾਰਿਆਂ ਨੂੰ ਗਲਤ ਮੇਲ ਕਰੀ ਜਾਂਦੇ ਹੋ ਜਿਵੇਂ ਹੁਣ ਇੱਥੇ ਜਿਹੜਾ ਮਸਤੂਆਣਾ ਸਾਹਿਬ ਵਾਲਾ ਜਿਹੜੀ ਰੈਲੀ ਹੋਈ ਹੈ ਉਹਦੇ ਵਿੱਚ ਦੋ ਵਰਤਾਰੇ ਸੀਗੇ ਇੱਕ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਲੜਾਈ ਲੜੀ ਸੀਗੀ ਜਿਹੜਾ ਕਨੂਵਾਲ ਦੇ ਸ਼ੰਭ ਦੇ ਵਿੱਚ ਉੱਥੇ ਹੋਇਆ ਸੀ ਉਦੋਂ ਮਾਰੇ ਗਏ ਸੀ ਉਸ ਕਨੂਵਾਲੇ ਸ਼ੰਭ ਨੂੰ ਤੁਸੀਂ ਅੱਜ ਵਾਲ ਕੇ ਜੋੜ ਲਓ ਇਹਦੇ ਨਾਲ ਤੁਸੀਂ ਇਸ ਇਸ ਕਿਸਾਨ ਰੈਲੀ ਨਾਲ 250 ਸਾਲ ਦੇ ਵਿੱਚ ਸਾਰਾ ਕੁਝ ਹੀ ਬਦਲ ਗਿਆ ਲੜਾਈ ਦਾ ਤੌਰ ਤਰੀਕਾ ਬਦਲ ਗਿਆ ਮਾਡਰਨ ਸਿਸਟਮ ਬਦਲ ਗਿਆ ਹੁਣ ਹੁਣ ਜਿਹੜੀ ਪਾਵਰ ਹੈ ਇਹ ਬਗੇਲ ਸਿੰਘ ਵਾਂਗੂ ਪਾਵਰ ਬਗੇਲ ਸਿੰਘ ਵੇਲੇ ਪਾਵਰ ਜਿਹੜੀ ਸੀ ਉਹ ਲਾਲ ਕਿਲੇ ਦੇ ਸੀ लाल किले जी ਉਦੋਂ ਰਾਜਾ ਬੈਠਾ ਸੀ ਮੋਗਲ ਲਾਸਟ ਮੋਗਲ ਰਾਜਾ ਬੈਠਾ ਸੀ ਉਦੋਂ ਪਾਵਰ ਉੱਥੇ ਸੀ ਹੁਣ ਪਾਵਰ ਪਾਰਲੀਮੈਂਟ ਚ ਹੈ ਪੀਐਮ ਚ ਵੀ ਹੈ ਮਾਫ ਕਰਨਾ ਸੋਸ਼ਲ ਮੀਡੀਆ ਰਹੀਂ ਸ਼ਬਦਾਂ ਚ ਵੀ ਹੁਣ ਤਾਕਤ ਆ ਗਈ ਸ਼ਬਦ ਚੰਗੇ ਹੋਣ ਬੰਦੇ ਦੀ ਬਿਲਕੁਲ ਹਾਰ ਹੋ ਜਾਂਦੀ ਹੈ ਵੇਖੋ ਇਹਦੇ ਬਾਰੇ ਅਸੀਂ ਜਿਵੇਂ ਕਈ ਵਾਰੀ ਕਿਹਾ ਜਾਂਦਾ ਹੁੰਦਾ ਸੀ ਪਾਸ ਬਾਰੇ ਵੀ ਕਹਿੰਦੇ ਹੁੰਦੇ ਸੀ ਵੀ ਉਹੋ ਜਿਹੜੀ ਜੇ ਕਈ ਵਾਰੀ ਹਿੰਸਾ ਉਂਝ ਨਹੀਂ ਕਰ ਸਕਦਾ ਹੁੰਦਾ ਜਿਹੜਾ ਬੰਦਾ ਉਹ ਸ਼ਬਦਾਂ ਦੀ ਹਿੰਸਾ ਕਰਦਾ ਇਹ ਸ਼ਬਦਾਂ ਦੀ ਹਿੰਸਾ ਕਰਦੇ ਆ ਗਾਲਾਂ ਦਿੰਦੇ ਆ ਇਹ ਸ਼ਬਦ ਇੱਕ ਹਿੰਸਕ ਸ਼ਬਦ ਹੈ ਇਹਨਾਂ ਦੀ ਇੱਕ ਤਰੀਕੇ ਦੀ ਬਾਕੀ ਸ਼ਬਦ ਠੀਕ ਕਰ ਲੈਣਾ ਕਿਸਾਨਾਂ ਨਾਲ ਮਿਤੀ ਹੋ ਜਾਣਾ ਉਹਨਾਂ ਦੇ ਸਪੋਰਟ ਦੇ ਵਿੱਚ ਆ ਜਾਣਾ ਇਹ ਹੀ ਸ਼ਬਦ ਇੱਕ ਤਾਕਤ ਬਣ ਸਕਦੇ ਆ ਬਿਲਕੁਲ ਸਵਾਲ ਤਾਂ ਇਹ ਆ ਵੀ ਤੁਸੀਂ ਕੋਈ ਲੜਾਈ ਲੜਨ ਜਾ ਰਿਹਾ ਹੈ ਤੁਸੀਂ ਤੁਹਾ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਹਾਰ ਕੇ ਆ ਜਾਣਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਲੀਡਰਸ਼ਿਪ ਉਹਨਾਂ ਦੀ ਉਹਨਾਂ ਦੇ ਇੱਥੇ ਸਿਰ ਲੈ ਜਾਣਗੇ ਉਹਨਾਂ ਦੀ ਲੀਡਰਸ਼ਿਪ ਲੈ ਜਾਊਗੀ ਇੱਥੇ ਸਾਰੀ ਗੱਲ ਖਤਮ ਹੋ ਜਾਊਗੀ ਸਾਰੀ ਲੌਂਗਵਾਲ ਵਾਲੀ ਹੋ ਜੂ ਉਹਨਾਂ ਨਾਲ ਸਵਾਲ ਤਾਂ ਇਹ ਹੈ ਵੀ ਤੁਸੀਂ ਕੌਣ ਹੋ ਨਿਓ ਜਿਹੜੇ ਨਾ ਕਿਸੇ ਇਸ ਗੱਲ ਇਸ ਇਸ ਜਥੇਬਲਦਿਆਂ ਨਾਲ ਜੁੜੇ ਹੋ ਨਾ 3 ਜਨਾਂ 13 ਚ ਉਹ ਵੀ ਗੱਲ ਆ ਗਈ ਮਾਫੀ ਮੰਗਣ ਲਈ ਉਹ ਕਹੀ ਜਨ ਜਿਹਨਾਂ ਦਾ ਕੋਈ ਸਬੰਧ ਹੀ ਨਹੀਂ ਇਸ ਕਰਕੇ ਸਬੰਧ ਵਾਲੇ ਬੰਦੇ ਕਹਿਣ ਉਹ ਕਹਿਣ ਮਾਫੀ ਮੰਗੋ ਸਾਰਾ ਕੁਝ ਜਾਂ ਤੁਸੀਂ ਬਰਾਬਰ ਤੇ ਪੈਰਲਲ ਆਲਟਰਨੇਟਿਵ ਲੈ ਕੇ ਚੱਲੋ ਤੇ ਉਹਨਾਂ ਤੋਂ ਮਾਫੀਆਂ ਵੀ ਮੰਗਾ ਲਓ ਕੋਈ ਹਰ ਜੇ ਨਹੀਂ ਮਾਫੀਆਂ ਮੰਗਣ ਉਹ ਆਪ ਦੀ ਥੋੜਾ ਪ੍ਰੈਸ਼ਰ ਇੰਨਾ اخਲਾਕੀ ਤੇ ਮੋਰਲ ਪ੍ਰੈਸ਼ਰ ਤੇ ਨੈਤਿਕ ਪ੍ਰੈਸ਼ਰ ਇੰਨਾ ਜਿਆਦਾ ਵਧ ਜੇ ਵੀ ਉਹਨਾਂ ਨੂੰ ਮਾਫੀ ਮੰਗਣੀ ਪਵੇ ਉਹ ਸਾਰੀ ਗੱਲ ਮੰਨ ਲੈਣਗੇ ਸਾਰਾ ਕੁਝ ਤੁਸੀਂ ਵੀ ਹੁਣ ਨੈਤਿਕ ਲੈਵਲ ਤੇ ਉੱਥੇ ਗਏ ਹੋ ਕਿ ਨਾ ਦਿੱਲੀ ਜਾ ਕੇ ਸਿਰ ਸਾਹਿਬ ਇਹ ਤਾਂ ਸੀ ਵਿਵਾਦ ਵਾਲੀ ਗੱਲ ਜੇ ਆਪਾਂ ਮੋਰਚੇ ਬਾਰੇ ਗੱਲ ਕਰ ਲਈ ਕਿਸਾਨੀ ਮੋਰਚਾ ਕਿੱਥੇ ਕਤਕ ਜਾ ਸਕਦਾ ਕਿਉਂਕਿ ਬੀਜੇਪੀ ਹੁਣ ਟਸ ਤੋਂ ਮਸ ਨਹੀਂ ਹੋ ਰਹੀ ਨਾ ਕੇਂਦਰ ਸਰਕਾਰ ਕੋ ਸਾਰੀ ਅੱਗੇ ਇੱਕ ਜ਼ਰੂਰ ਗਵਰਨਰ ਜ਼ਰੂਰ ਆਨੇ ਮਗਾਲੇ ਵਾਲੇ ਉਹਨਾਂ ਨੇ ਜ਼ਰੂਰ ਹਾ ਦਾ ਨਾਰਾ ਮਾਰਿਆ ਕੀ ਲੱਗਦਾ ਕਿ ਪ੍ਰਸਥਿਤੀਆਂ ਕਿਹੜੇ ਪਾਸੇ ਜਾਣਗੀਆਂ ਇਹ ਬਹੁਤ ਵੱਡੀ ਲੜਾਈ ਹੈ ਇਹ ਮੈਨੂੰ 77 ਦੀ ਜੀ ਵਿੱਚ ਜਦੋਂ ਇੰਦਰਾ ਗਾਂਧੀ ਲਹੀ ਸੀਗੀ ਤੇ ਐਮਰਜੈਂਸੀ ਤੋਂ ਬਾਅਦ ਉਦੋਂ ਵੀ ਵੱਡੀ ਲੜਾਈ ਲੱਗਦੀ ਆ ਵੀ ਇਹਦੇ ਚ ਜਾਂ ਮੋਦੀ ਰਹਿ ਜਾਊਗਾ ਜਾਂ ਮੋਦੀ ਲੈ ਜਾਊਗਾ ਗੱਲ ਤੇ ਇਸ ਗਲਤੀ ਹੋਈ ਆ ਕਿਉਂਕਿ ਹੁਣ ਤੁਸੀਂ ਐਫਸੀਆਈ ਦੇ ਜਿਹੜੇ ਨੋਰਮ ਹੈ ਉਹ ਸਾਰੇ ਟਾਈਟ ਕੀਤੇ ਜਾ ਰਹੇ ਆ ਇਹ ਕਿ ਜਿਹੜਾ ਹੁਣ ਸਾਡੀ ਕਣਕ ਮਹੀਨੇ ਤੱਕ ਖਰੀਦਣੀ ਹੈ ਉਹਦੇ ਜਿਹੜੇ ਸਪੈਸੀਫਿਕੇਸ਼ਨਸ ਐ ਨੋਰਮਸ ਐ ਸਾਰੇ ਉਹ ਸਾਰੇ ਟਾਈਟ ਵੀ ਨਮੀ ਐਨੀ ਚਾਹੀਦੀ ਉਹਦੀ ਵੀ ਉਹਦਾ ਵੀ ਨਮੀ ਵੀ ਘੱਟ ਚਾਹੀਦੀ ਐ ਉਹਦੇ ਵਿੱਚ ਫਾਰਨ ਮੈਟਰ ਵੀ ਘੱਟ ਤੋਂ ਘੱਟ ਰਲਿਆ ਹੋਵੇ ਉਹਨਾਂ ਨੇ ਇੰਨੇ ਟਾਈਟ ਕਰਤੇ ਵੀ ਉਸ ਉੱਤੇ ਅਸੀਂ ਕਣਕ ਵੇਚ ਹੀ ਨਹੀਂ ਸਕਦੇ ਜਿਹੜੇ ਸਪੈਸੀਫਿਕੇਸ਼ਨ ਲੈ ਕੇ ਆ ਰਹੇ ਆ ਦੂਜੀ ਗੱਲ ਇਹ ਵੀ ਉਹ ਸ਼ਾਇਦ ਨਾ ਇੱਥੇ ਕਣਕ ਨੂੰ ਖਰੀਦਦਲ ਏਜੰਸੀਆਂ ਸਾਡੀਆਂ ਪੰਜਾਬ ਗਵਰਨਮੈਂਟ ਦੀਆਂ ਖਰੀਦ ਲੈਣ ਤੇ ਮੁੜ ਕੇ ਉਹ ਚੱਕਣ ਅੱਗੇ 3 ਸਾਲ ਦੀ ਕਣਕ ਪਈ ਐ एफसीआई ਦੀ एफसीआई ऑलरेडी एफसीआई ਦੇ गोदाम ਤਾਂ ऑलरेडी ਉਹਨਾਂ ਨੇ अडानी ਨੂੰ ਦੇ ਚੁੱਕਿਆ ਸਾਰਾ ਕੁਝ ਉਹਨਾਂ ਨਾਲ ਠੇਕਾ ਠੂਕਾ ਕਰ ਲਿਆ ਉਹਨਾਂ ਨੇ ਕੋਈ ਅਰੇਂਜਮੈਂਟ ਕਰ ਲਿਆ ਇਸ ਕਰਕੇ ਸਾਡੇ ਮਾੜੇ ਦਿਨ ਤਾਂ ਜਿਹੜੇ ਹਜੇ ਆਏ ਆ ਸਮਝੌਤੇ ਦੀ ਗੱਲ ਕੀ ਕਰਦੇ ਹੋ ਲੜਨਾ ਤਾਂ ਹੋਰ ਜ਼ਿਆਦਾ ਪਊਗਾ ਆਹੀ ਹੁਣ ਐਸੇ ਕਣਕ ਦੇ ਸੀਜ਼ਨ ਚ ਮਾਰਚ ਅਪ੍ਰੈਲ ਚ ਲੜਾਈ ਹੋਰ ਤਿੱਖੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੇਕ ਤੁਸੀਂ ਕਹਿ ਰਹੇ ਹੋ ਕਿ ਜਿਹੜਿਆ ਨਿਤਿਆ ਨੇ ਜਾਂ ਕਾਨੂੰਨ ਨੇ ਸੇਕ ਲੱਗਣਾ ਹੁਣ ਸ਼ੁਰੂ ਹੋ ਜਾਏਗਾ ਮਹੀਨੇ ਤੋਂ ਮਹੀਨੇ ਤੱਕ ਮਹੀਨੇ ਦੋ ਮਹੀਨੇ ਤੱਕ ਇੰਨਾ ਸੇਕ ਲੱਗੂ ਵੀ ਸਵਾਲ ਨਹੀਂ ਪੈਦਾ ਹੁੰਦਾ ਵੀ ਇਹ ਕੋਈ ਇਮੀਡੀਏਟਲੀ ਤਿੰਨ ਕਾਨੂੰਨਾਂ ਦੀ ਗੱਲ ਕਰਕੇ ਵੀ ਦੀ ਵਾਪਸ ਸਪੋਜ਼ ਕਰੋ ਵੀ ਇਹ ਸਮਝੌਤਾ ਵੀ ਕਰਨ ਚਾਹਣ ਸਮਝੌਤਾ ਵੀ ਕਿਸਾਨ ਲੀਡਰਾਂ ਨੂੰ ਕਰਨਾ ਔਖਾ ਹੋ ਜਾਊਗਾ ਜਦੋਂ ਕਣਕ ਨਾ ਚੁੱਕੀ ਗਈ ਸਮਝੌਤਾ ਕਰਕੇ ਦੇਖ ਲੈਣ ਅੱਗੇ ਸੀ ਵੀ ਦੋ ਤੇ ਕਰ ਲਾਂਗੇ ਅਸੀਂ ਵਾਪਸ ਆ ਜਾਾਂਗੇ ਸਵਾਲ ਹੈ ਵੀ ਸਭ ਤੋਂ ਵੱਡਾ ਮਸਲਾ ਐਮਐਸਪੀ ਦਾ ਤੇ ਸਾਡਾ ਕਣਕ ਤੇ ਜਿਹੜਾ ਝੋਨਾ ਉਹਦੇ ਲਿਫਟ ਕਰਨ ਦਾ ਜਦੋਂ ਉਸੇ ਤੋਂ ਤੁਸੀਂ ਭੱਜ ਗਏ ਤਾਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਨਾਲ ਦੀ ਨਾਲ ਅੰਦਰੋਂ ਅੰਦਰੀ ਸਰਕਾਰ ਸਮਝੌਤੇ ਕਰਨ ਦੀ ਬਜਾਏ ਇਹ ਟਾਈਟ ਕਰਦੀ ਜਾ ਰਹੀ ਹੈ ਸਾਰਾ ਕੁਝ ਸਾਡਾ ਐਮਐਸਪੀ ਖਤਮ ਕਰਦੀ ਜਾ ਰਹੀ ਹੈ ਐਫਸੀਆਈ ਨੂੰ ਬਿਲਕੁਲ ਚੋਣ ਪ੍ਰਕਿਰਿਆ ਚੋਂ ਬਾਹਰ ਕ ਕਣਕ ਦੇ ਜਿਹੜੇ ਖਰੀਦ ਦੀ ਪ੍ਰਕਿਰਿਆ ਚੋਂ ਬਾਹਰ ਕੱਢ ਰਹੀ ਹੈ ਤੁਸੀਂ ਇਸ ਤੋਂ ਵੀ ਅਗਲੀ ਗੱਲ ਜਿਸ ਤਰ੍ਹਾਂ ਦਿੱਲੀ ਸਰਕਾਰ ਨਾਲ ਕੀਤਾ ਹੈ ਪਵਰਾਂ ਦਿੱਤੀਆਂ ਉਥੋਂ ਦੇ ਰਾਜਪਾਲ ਬਣਾਤਾ ਰਾਜਪਾਲ ਨੂੰ ਜਾਂ ਕੇਂਦਰੀਕਰਨ ਵੱਲ ਜਾਦੇ ਝਕਾ ਹੋ ਗਿਆ ਇਹਦਾ ਮਤਲਬ ਲੋਕਾਂ ਨੂੰ ਹੋਰ ਵੀ ਪਰੇਸ਼ਾਨੀਆਂ ਆਉਣਗੀਆਂ ਆਉਣ ਵਾਲੇ ਸਮੇਂ 'ਚ ਕੱਲੇ ਖੇਤੀ ਕਾਨੂੰਨਾਂ ਤੱਕ ਗੱਲ ਨਹੀਂ ਹੈਗੀ ਹੋਰ ਅੱਗੇ ਵੀ ਗੱਲ ਵਧਣੀ ਹੈ ਵੇਖੋ ਉਹਨੇ ਤਾਂ ਫਾਸੀਜ਼ਮ ਵਾਲੀ ਜਿਹੜੀ મોદી ਹੈ મોદી ਦੀ ਲੜਾਈ ਹੈ ਉਹ ਤਾਂ ਫਾਸੀਵਾਦ ਦੀ ਲੜਾਈ ਹੈ ਡਿਕਟੇਟਰਸ਼ਿਪ ਦੀ ਲੜਾਈ ਹੈ ਉਹ ਤਾਂ ਜਾਂ ਤਾਂ ਆਰਪਾਰ ਦੀ ਲੜਾਈ ਉਹ ਲੜ ਰਿਹਾ ਹੈਗਾ ਜਾਂ ਤਾਂ ਉਹ ਡਿਕਟੇਟਰ ਰਹਿ ਜਾਊਗਾ ਤੇ ਜਾਂ ਖਤਮ ਹੋ ਜਾਊਗਾ ਉਹ ਤਾਂ ਇਸ ਲੈਵਲ ਤੇ ਆ ਹੁਣ ਥੋੜੀ ਵੀ ਹੋਣੀ ਹੈ ਬਣ ਗਈ ਜੇ ਜਿਉਂਦੇ ਰਹਿਣਾ ਕਿਸਾਨਾਂ ਨੂੰ ਤੇ ਇਹ ਮੋਰਚੇ ਨੂੰ ਲੰਬਾ ਹੀ ਲਜਾਣਾ ਪਊਗਾ ਹੋਰ ਲਜਾਣਾ ਪਊ ਲੰਬਾ ਗੱਲ ਇੱਥੇ ਮੁੱਕਣੀ ਨਹੀਂ ਵੀ ਤੁਸੀਂ ਆਹ ਤਿੰਨ ਮੰਗਾਂ ਤੇ ਆ ਇਹ ਤਾਂ ਤਿੰਨ ਮੰਗਾਂ ਨਾਲ ਹੋਰ ਵੀ ਬਹੁਤ ਕੁਝ ਰਲ ਗਿਆ ਇਸ ਕਰਕੇ ਜਿਵੇਂ ਹੁਣ 370 ਖਤਮ ਕੀਤਾ ਸੀ ਇਹੀ ਹੈ ਆਪਣਾ ਕੇਜਰੀਵਾਲ ਜੀ ਨੇ ਵੈਲਕਮ ਕੀਤਾ ਸੀ 370 ਨੂੰ ਉਹਦੇ ਘਰ ਚ ਕੀ ਹੋ ਗਿਆ ਤੇ ਹੁਣ ਸਵਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੇ ਕੁਝ ਵਿਦਵਾਨ ਨੇ ਕਿਸਾਨੀ ਅੰਦੋਲਨ ਦੀ ਆਲੋਚਨਾ ਕਰਦੇ ਆ ਚਾਹੀਦਾ ਹੁੰਦਾ ਕਿ ਇੱਕ ਸਪੋਰਟ ਕੀਤੀ ਜਾਵੇ ਵਿਦਵਾਨਾਂ ਦਾ ਫਰਜ਼ ਹੁੰਦਾ ਹੈ ਕਿ ਜਿਹੜੇ ਲੋਕਾਂ ਨਾਲ ਤੱਕਾ ਹੋਇਆ ਹੋਵੇ ਉਹਨਾਂ ਦੇ ਪੱਖ 'ਚ ਬੋਲੀਦਾ ਜਿਹੜੇ ਅਲੋਚਕ ਬਣੇ ਹੋਏ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਬਈ ਉਹ ਤੁਸੀਂ ਸਟੇਟ ਤੁਸੀਂ ਕਾਮਰੇਡਾਂ ਨੇ ਵੀ ਉਸ ਵੇਲੇ 84 ਵੇਲੇ ਗਲਤੀ ਕੀਤੀ ਸੀ ਸਿੱਖ ਸਿੱਖ ਜਿਹੜੇ ਚਿੰਤਕ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਾਮਰੇਡਾਂ ਨੇ ਗਲਤ ਰਸਤੇ ਪੈ ਗਏ ਸੀ 84 ਵੇਲੇ ਮਨੋਰਟੀ ਉੱਤੇ ਐਡਾ ਬਟਾ ਪ੍ਰਹਾਰ ਸੀਗਾ ਇੰਦਰਾ ਗਾਂਧੀ ਦਾ ਉਸ ਵੇਲੇ ਉਹ ਉਹਨਾਂ ਦਾ ਜੇ ਖਾਲਿਸਤਾਨ ਮੰਗਦੇ ਐ ਕਰਦੇ ਐ ਕਰਦੇ ਇਹਦੇ ਉਲਟ ਹੋ ਕੇ ਸਰਕਾਰ ਦੀ ਪਿੱਠ ਪੂਰਦੇ ਰਹੇ ਹੁਣ ਤੁਸੀਂ ਈਰਖਾ ਚੋਂ ਜਮਦ ਲੱਗੀ ਵੀ ਲੀਡਰਸ਼ਿਪ ਤੁਹਾਨੂੰ ਚੰਗੀ ਨਹੀਂ ਲੱਗਦੀ ਇਹਨਾਂ ਦਾ ਚਿਹਰਾ ਨਹੀਂ ਤੁਹਾਨੂੰ ਚੰਗਾ ਲੱਗਦਾ ਇਹੀ ਹੈ ਕਿ ਨਾ ਇਹ ਕੌਣ ਹੁੰਦੇ ਅੱਗੇ ਆਗੇ ਅਸੀਂ ਪਿੱਛੇ ਰਹਿ ਗਏ ਇਹ ਸਾਰੇ ਕਰਕੇ ਤੁਸੀਂ ਇਹਨਾਂ ਦਾ ਵਿਰੋਧ ਕਰਨਾ ਛੱਡੋ ਤੇ ਦਿੱਲੀ ਦਾ ਵਿਰੋਧ ਕਰੋ ਜਿਹੜਾ ਕਰਨਾ ਬਣਦਾ ਤੁਹਾਡਾ ਉਹੋ ਗਲਤੀ ਨਾ ਕਰੋ ਜਿਹੜੀ 1984 ਦੇ ਵਿੱਚ 84ਵੇਂ ਵਿੱਚ ਜਾ ਕੇ ਉਦੋਂ ਕਾਮਰੇਡਾਂ ਦੇ ਕੁਝ ਹਿੱਸੇ ਨੇ ਕੀਤੀ ਸੀ ਸਾਰਿਆਂ ਨੇ ਨਹੀਂ ਕੀਤੀ ਕੁਝ ਵੱਡੇ ਹਿੱਸੇ ਨੇ ਕਰਤੀ ਸੀ ਉਹਦਾ ਜਿਹੜਾ ਖਮਾਜਾ ਉਹਨਾਂ ਨੇ ਵੀ ਭੁਗਤਿਆ ਤੇ ਇੱਥੋਂ ਦੇ ਪੰਜਾਬ ਦੇ ਸਿੱਖਾਂ ਨੇ ਵੀ ਭੁਗਤਿਆ ਸਾਰਾ ਕੁਝ ਉਹ ਗਲਤੀਆਂ ਸਾਨੂੰ ਸਿਆਸੀ ਨਹੀਂ ਕਰਨੀਆਂ ਕਿ ਹਮੇਸ਼ਾ ਸਾਡਾ ਜਿਹੜਾ ਇਹ ਇੱਥੋਂ ਦੇ ਜਿਹੜਾ ਨੌਜਵਾਨ ਹੈ ਸਿੱਖ ਨੌਜਵਾਨ ਹੈ ਜਾਂ ਕੋਈ ਵੀ ਹੈ ਸੋਚਣ ਵਾਲਾ ਬੰਦਾ ਉਹਦਾ ਦੁਸ਼ਮਣ ਦਿੱਲੀ ਹੈ ਦਿੱਲੀ ਸਰਕਾਰ ਹੈ ਮੋਦੀ ਸਰਕਾਰ ਹੈ ਸੈਂਟਰਲਾਈਜੇਸ਼ਨ ਹੈ ਜਿਹਦਾ ਅਸੀਂ 1947 ਤੋਂ ਸੰਤਾਪ ਚੱਲ ਰਹੇ ਆ ਉਹ ਹੈ ਸਾਡੀ ਬਿਮਾਰੀ ਜਿਹੜੀ ਉਹਦੀ ਜੜ ਉੱਥੇ ਖੜੀ ਹੈ ਉਹਦੇ ਵਿਰੁੱਧ ਲੜੀਏ ਅਸੀਂ ਆਪਸ ਵਿੱਚ ਹੀ ਕਿਉਂ ਲੜ ਰਹੇ ਹਾਂ ਸਾਡੀ ਤਾਂ ਹੋਰ ਲੜਾਈ ਹੈ ਜਿਹੜੀ ਪਿੰਡ ਦਾ ਸ਼ਰੀਕ ਦੋ ਭਰਾ ਸ਼ਰੀਕ ਇੱਕ ਦੂਜੇ ਨਾਲ ਇਕੱਠੇ ਹੋ ਕੇ ਦੋਨੋਂ ਥਾਣੇ ਪਹੁੰਚ ਜਾਂਦੇ ਆ ਤੇ ਥਾਣੇਦਾਰ ਦੋਨਾਂ ਨੂੰ ਕੋਲੇ ਸਭ ਇੱਕ ਦੂਜੇ ਦੇ ਸਾਹਮਣੇ ਬੁਹਾ ਕੇ ਕੁੱਟਦਾ ਤੇ ਦੋਨੋਂ ਉਥੋਂ ਕੁੱਟ ਖਾ ਕੇ ਤੇ ਘਰੇ ਆ ਜਾਂਦੇ ਆ ਰਾਮ ਜਿਹੜੇ ਪੈਸੇ ਉਹਨਾਂ ਤੋਂ ਛੜੇ ਜਾਂਦੇ ਉਹ ਵੱਖਰੇ ਪੈਸੇ ਪੈਸੇ ਵੱਖਰੇ ਛੜ ਜਾਂਦਾ ਅਸੀਂ ਹੁਣ ਸਾਡੇ ਬੰਦੇ ਜਿਹੜੇ ਉਥੇ ਲੜਾਈ ਲੜਦੇ ਆ ਛੋਟੀ ਵੱਡੀ ਗਲਤ ਮਾੜੀ ਲੜਾਈ ਲੜਦੇ ਆ ਅਸੀਂ ਉਹਨਾਂ ਦੀਆਂ ਲੱਤਾਂ ਖਿੱਚੀ ਜਾਂਦੇ ਆ ਮਗਰੋਂ ਸਾਡਾ ਕੀ ਬਣਦਾ ਲਤਖਿਆ ਸੀ ਜਿੰਨੀ ਜੇ ਸਟਰੈਂਥ ਅਸੀਂ ਨਹੀਂ ਦੇ ਸਕਦੇ ਤਾਕਤ ਨਹੀਂ ਦੇ ਸਕਦਾ ਸਾਨੂੰ ਚੰਗੇ ਨਹੀਂ ਲੱਗਦੇ ਅਸੀਂ ਉਹਨਾਂ ਦਾ ਸਾਥ ਨਾ ਦਿਓ ਅਸੀਂ ਆਪਣਾ ਆਲਟਰਨੇਟਿਵ ਖੜਾ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਆ ਤੁਹਾਡਾ ਆਖਰੀ ਸਵਾਲ ਪੰਜਾਬ ਦੇ ਨੌਜਵਾਨਾਂ ਨੂੰ ਇਹ ਆ ਵੀ ਤੁਸੀਂ ਇਸ ਵੱਡੇ ਜੱਗ ਦੇ ਵਿੱਚ ਇਸ ਵੱਡੇ ਇਸ ਵੱਡੇ ਜਿਹੜਾ ਜਿਹੜਾ ਬਹੁਤ ਵੱਡਾ ਹੁਣ ਲੜਾਈ ਦਾ ਮਾਹੌਲ ਚੱਲ ਰਿਹਾ ਇਹਦੇ ਵਿੱਚ ਤੁਸੀਂ ਜਿੰਨਾ ਤੇਲ ਫੁੱਲ ਹਿੱਸਾ ਸਹਿਯੋਗ ਪਾ ਸਕਦੇ ਹੋ ਪਾਓ ਤੁਸੀਂ ਨਾ ਖੇਡਣਾ ਨਾ ਖੇਡਣ ਦੇਵਾ ਇਹ ਜਿਹੜੀ ਇਹ ਜਿਹੜੀ ਤੁਸੀਂ ਪਾਲਿਸੀ ਰੱਖ ਛੱਡੀ ਆ ਇਹ ਗਲਤ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਆਪਣੇ ਆਪ ਵਿੱਚ ਨਾ ਤੁਸੀਂ ਇਹ ਚਾਰ ਦਿਨ ਮਹਰਾਜ ਕਰ ਲੋ ਮਸਤੂਆਣਾ ਕਰ ਲੋ ਜੰਡਿਆਲਾ ਗੁਰੂ ਕਰ ਲੋ ਇਹਦੇ ਚੋਂ ਕੁਝ ਨਿਕਲੇਗਾ ਨਹੀਂ ਉਹ ਬੈਠੇ ਆ ਉਹਦਾ RAM ਨਾਲ ਤੁਸੀਂ ਉਹ ਤੋਂ ਪਿੱਛੇ ਸਤਾਪਤ ਹੋਗੇ ਉਹਨਾਂ ਦਾ ਤਾਂ ਕੋਈ ਉੱਥੇ ਤੁਸੀਂ ਜਾਓ ਜਾਂ ਨਾ ਜਾਓ ਕੋਈ ਫਰਕ ਨਹੀਂ ਉਹਨਾਂ ਨੂੰ ਪੈਂਦਾ ਇਸ ਕਰਕੇ ਤੁਸੀਂ ਜਾਓਗੇ ਤਾਂ ਤੁਹਾਡੀ اخਲਾਕੀ ਫਰਜ਼ ਬਣਦਾ ਸਹਿਯੋਗ ਦੇਣ ਦਾ ਤੇ ਨਹੀਂ ਸਹਿਯੋਗ ਦੇ ਸਾਦੇ ਤੁਸੀਂ RAM ਨਾਲ ਬੈਠੋ ਤੁਹਾਨੂੰ ਉਹਨਾਂ ਨੂੰ ਨਖੇਦੀ ਕਰਨ ਦਾ ਤਾਂ ਕੋਈ ਤੂੰ ਕੀ ਨਹੀਂ ਬਣਦੀ ਆਪਣੇ ਆਪ ਦੇ ਵਿੱਚ ਸੋ ਇਹ ਸਾਨੂੰ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾਵੇ ਲਤਾਂ ਖਿੱਚਣ ਦੀ ਜਾਂ ਫਿਰ ਇਸ ਮੁੱਦੇ ਤੇ ਵਿਵਾਦ ਮਣਾਉਣ ਦੀ ਬਿਲਕੁਲ ਵੀ ਲੋੜ ਨਹੀਂ اخਲਾਕੀ ਫਰਜ਼ ਉਹਨਾਂ ਦਾ ਇਹ ਹੈ ਕਿ ਕਿਸਾਨਾਂ ਦਾ ਸਾਥ ਦੇਣ ਜੇਕਰ ਉਹ اخਲਾਕੀ ਤੌਰ ਤੇ ਹਾਰ ਚੁੱਕੇ ਨੇ ਤਾਂ ਚੁੱਪ ਕਰਕੇ ਘਰ ਬੈਠ ਜਾਣ ਨਹੀਂ ਤਾਂ ਫਿਰ ਉਹ ਕਿਸਾਨ ਵਿਰੋਧੀ ਗਿਣੇ ਜਾਣਗੇ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ